आन के पहला उद मिनट मंगवा लाने पैसे चुके, फिर मेरे आन के तो सराने खड़े हुए रजाई चुकी। बंगा चार सगियां, मुंदियां तीन सी, बालियां चैनी सी। एक किस्म का डाका ही बजा, डाका भी छोटा जहा नहीं कह सकते, बहुत बड़ी लुट हुई आ। यानी कि जी लुट हुई आ, सोना गोल्ड वगैरह काफ़ी सगा वह लै गया, तो बाकी नकदी सी इन्हों को लख सवा लख के करीब। इधर इंडियन करंसी सी, यानी अंदर एंटर होने तो बाद जलंधर जिले के पिंड सलेमपुर मसंदा च एक बुजुर्ग जोड़े के घर चोरी का मामला सामने आया है। दसिया जा रहा है कि चोरों ने घर अंदर दाखिल होकर लाखों रुपए की नकदी, सोने के गहने और अमरीकी डालर लूट लए। यह घटना बीती रात की है जदों कुछ चोरों वालों दो बुजुर्गों नूं डरा धमका के चोरी की गई और सारा कीमती समान लैके मौके पर चोर फरार हो गए। इस घटना की सूचना मिलते ही पुलिस प्रशासन हरकत में आ गया और जिले के ACP परमजीत सिंह ने अपनी टीम नाल आके घटना स्थल का दौरा ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਔਰਤ ਨੇ ਕੀ ਦੱਸਿਆ, ਆਓ ਸੁਣਦੇ ਹਾਂ। ਸਲੇਪਰ ਮਸਲਾ ਤਿੰਨੇ ਜਣੇ ਸੀ ਅਸੀਂ, ਨਿਕਲ ਵਾਲਾ ਉੱਧਰ ਪਿਆ ਸੀ, ਅਸੀਂ ਦੋ ਭੈਣਾਂ ਇੱਥੇ ਪਈਆਂ ਸੀਗੇ। ਆਣ ਕੇ ਪਹਿਲਾਂ ਉਹਦੇ ਨਾਲ ਟੁੰਬਾ ਪੈਸੇ ਚੁੱਕੇ, ਫਿਰ ਮੇਰੇ ਆਣ ਕੇ ਤਾਂ ਸਰਾਣੇ ਖੜੇ ਹੋਏ ਰਜਾਈ ਚੁੱਕੀ, ਤਾਂ ਮੇਰੀਆਂ ਚੀਜ਼ਾਂ ਲਾ ਰਹੀਆਂ। ਬੰਗਾਂ ਚਾਰ ਸੀਗੀਆਂ, ਮੁੰਦੀਆਂ ਤਿੰਨ ਸੀ, ਬਾਲੀਆਂ ਚੈਨੀ ਸੀ। ਇਹ ਲਾਈ ਅਤੇ ਫਿਰ ਇਹਦੀ ਵਾਲੀਆਂ ਤਾਂ ਮੁੰਡੀ ਲਾਈ, ਇਹਦਾ 15,000 ਰੁਪਈਆ ਸੀ ਵਿਚਾਰੇ, ਅਸੀਂ ਵਿਆਹ ਜਾਣਾ ਸੀਗਾ ਸਾਡੇ। ਅਤੇ ਬੀਬੀ ਜੀ, ਇਹ ਕਿੰਨੇ ਵਜੇ ਦੀ ਗੱਲ? 12-1 ਵਜੇ ਦੀ ਗੱਲ ਆ। ਅਤੇ ਹੋਰ ਕੋਈ ਨੁਕਸਾਨ ਹੋਰ ਕੀ ਕਰ ਗਏ? ਹੋਰ ਨਹੀਂ, ਸਾਨੂੰ ਕੁਛ ਵੀ ਕਿਹਾ, ਸਾਨੂੰ ਬੋਲਣ ਦਿੱਤਾ ਨਹੀਂ ਵੀ ਇੱਥੇ ਪੈ ਜਾਓ ਲੰਮੇ। ਨਹੀਂ, ਬਾਕੀ ਵੀ ਪੈਸੇ ਚੱਕੇ ਆ, ਪੈਸੇ ਚੁੱਕੇ ਆ। 4,000 ਉਧਰਲਾ ਸੀ ਸਾਡਾ, ਤਾਂ ਇਧਰਲਾ 1,00,000 ਰੁਪਈਏ ਉਧਰਲਾ ਸੀ। ਕਿੰਨੇ ਜਣੇ ਸੀਗੇ ਉਹ? 5-6 ਜਣੇ ਸੀਗੇ, ਹੈਗੇ ਮੁੰਡੇ ਸੀ, ਬੁੱਢੇ ਨਹੀਂ ਸੀਗੇ, ਡੰਡੇ ਅਡੇ ਫੜੇ ਸੀ। ਮਤਲਬ ਡਾਕਾ ਪਾਉਣ ਦੀ ਫਰਾਕ 'ਚ ਆਏ ਸੀਗੇ? ਹਾਂਜੀ, ਮਤਲਬ ਕਿ ਚੋਰੀ ਕਰਨ ਦੇ ਇਰਾਦੇ 'ਚ ਚੋਰੀ ਕਰਕੇ ਗਏ ਆ ਉਹ? ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ ਇਹਦੇ ਵਿੱਚ? ਨਹੀਂ, ਅਸੀਂ ਬੋਲੇ ਨਹੀਂ, ਸਾਨੂੰ ਬੋਲਣ ਨਹੀਂ ਦਿੱਤਾ। ਠੀਕ, ਡੰਡੇ ਫੜੇ ਉਸੇ ਮੋਟੇ। ਇੱਕ ਇੱਥੇ ਇੱਕ ਕਿਸਮ ਦਾ ਡਾਕਾ ਹੀ ਵੱਜਿਆ, ਡਾਕਾ ਵੀ ਛੋਟਾ ਜਿਹਾ ਨਹੀਂ ਕਹਿ ਸਕਦੇ, ਬਹੁਤ ਵੱਡੀ ਲੁੱਟ ਹੋਈ ਆ। ਲੁੱਟ ਵੀ 1-2 ਵਜੇ ਦੇ ਕਰੀਬ ਲਾ ਲਓ, ਅਤੇ ਇੱਥੇ ਜੋ ਕਿ ਬਜ਼ੁਰਗ ਜੁੜਾ ਹੀ ਰਹਿ ਰਹੇ ਸਨ, ਅਤੇ ਇੱਕ ਉਹਨਾਂ ਦੀ ਸਿਸਟਰ ਸੱਦੀ ਹੋਈ ਸੀਗੀ, ਅਤੇ ਉਹ ਰਹਿ ਰਹੀ ਸੀ, ਤਾਂ ਜਾਣੀ ਕਿ ਜਿਹੜੀ ਲੁੱਟ ਹੋਈ ਆ, ਸੋਨਾ ਗੋਲਡ ਵਗੈਰਾ ਕਾਫੀ ਸੀਗਾ ਉਹ ਲੈ ਗਿਆ, ਅਤੇ ਬਾਕੀ ਨਕਦੀ ਸੀਗੀ ਇਹਨਾਂ ਦੇ ਕੋਲ, 4,000 US ਡਾਲਰ ਸੀਗਾ, ਅਤੇ 1,00,000 ਰੁਪਈਆ, 1,00,000-1,50,000 ਦੇ ਕਰੀਬ ਇੱਧਰ ਇੰਡੀਅਨ ਕਰੰਸੀ ਸੀਗੀ। ਅਤੇ ਉਹ ਬਸ ਇੱਧਰ ਗੇਟ ਥਾਣੀ ਐਂਟਰ ਹੋਏ ਆ, ਗੇਟ ਥਾਣੀ ਅੰਦਰ ਐਂਟਰ ਹੋਣ ਤੋਂ ਬਾਅਦ ਉਹ ਇਹਨਾਂ ਨੇ ਆਹ ਦਰਵਾਜ਼ਾ ਲੱਗਿਆ ਹੈ, ਜਾਣੀ ਕਿ ਮੇਨ ਡੋਰ ਥਾਣੀ ਐਂਟਰ ਹੋ ਗਏ, ਅਤੇ ਫਿਰ ਅੰਦਰ ਬਾਕੀ ਬਜ਼ੁਰਗ ਪਏ ਹੋਏ ਸਨ, ਉਹਨਾਂ ਨੂੰ ਉਠਾ ਲਿਆ। ਉਹਨਾਂ ਨੂੰ ਕਹਿੰਦੇ ਕਿ ਜੇ ਮਾੜਾ ਮੋਟਾ ਵੀ ਹਿੱਲੇ ਤਾਂ ਤੁਹਾਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਅਤੇ ਇਹਨਾਂ ਚੋਰਾਂ ਨੂੰ ਜਲਦ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਸੰਦੀਪ ਕੌਲ ਦੀ ਰਿਪੋਰਟ।